ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਮੁਖ ਸੰਧੂ ਅਤੇ ਤੁਸੀਂ ਜੁੜੇ ਹੋ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ। ਦੋਸਤੋ, ਕਿਹੜਾ ਮਾਮਲਾ ਇਸ ਸਮੇਂ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ, ਉਹ ਹੈ ਪ੍ਰੋਡਿਊਸਰ DXX ਨਾਲ ਹੋਈ ਕੁੱਟਮਾਰ ਦਾ ਮਾਮਲਾ। ਕੱਲ੍ਹ ਤੋਂ ਲੈ ਕੇ ਬਹੁਤ ਜ਼ਿਆਦਾ ਇਹ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ, ਕਿਉਂਕਿ ਦੋਸਤੋ ਕੁਝ ਨਿਹੰਗਾਂ ਨੇ ਕੋਰਟ ਦੁਨੇ ਜਾ ਕੇ ਪ੍ਰੋਡਿਊਸਰ DXX ਦੇ ਨਾਲ ਕੁੱਟਮਾਰ ਕਰੀ ਹੈ। ਪ੍ਰੋਡਿਊਸਰ ਦੇ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਹੈ। ਉਸ ਤੋਂ ਬਾਅਦ ਲੋਕਾਂ ਨੇ ਇਸ ਮੁੱਦੇ ਦੇ ਉੱਪਰ ਆਪਣੀ ਆਪਣੀ ਰਾਏ ਦਿੱਤੀ ਹੈ, ਆਪਣੇ ਆਪਣੇ ਵਿਚਾਰ ਦਿੱਤੇ ਨੇ। ਤੁਹਾਨੂੰ ਯਾਦ ਹੋਵੇਗਾ ਕਿ ਇਸੇ ਤਰ੍ਹਾਂ ਦਾ ਮਸਲਾ 2019 ਦੇ ਵਿੱਚ ਪ੍ਰੋਡਿਊਸਰ ਹੋਰਾਂ ਦੇ ਨਾਲ ਇੱਕ ਵਾਰ ਪਹਿਲਾਂ ਵੀ ਹੋ ਚੁੱਕਿਆ, ਜਿਹੜੇ ਨਿਹੰਗ ਸਿੰਘਾਂ ਨੇ ਕੁੱਟਮਾਰ ਕਰੀ ਹੈ। ਇਹਨਾਂ ਨਿਹੰਗ ਸਿੰਘਾਂ ਦੇ ਨਾਲ ਹੀ ਪੰਗਾ ਪਿਆ ਸੀ, ਕਿਉਂਕਿ ਉਸ ਸਮੇਂ ਪ੍ਰੋਡਿਊਸਰ ਹੋਰਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਕਿਸੇ ਪਿੰਡ ਦੀ ਕੁੜੀ ਵਾਸਤੇ ਕੋਈ ਅਪਸ਼ਬਦ ਬੋਲੇ ਨੇ, ਅਤੇ ਉਹ ਪੂਰੇ ਦਾ ਪੂਰਾ ਪਿੰਡ ਵੀ ਵਿਰੋਧ ਦੇ ਵਿੱਚ ਆ ਗਿਆ ਸੀ। ਉਸ ਤੋਂ ਬਾਅਦ ਪ੍ਰੋਡਿਊਸਰ ਹੋਰਾਂ ਨੇ ਮਾਫੀ ਵੀ ਮੰਗੀ ਸੀ, ਖੈਰ ਉਦੋਂ ਇਹ ਮਾਮਲਾ ਸ਼ਾਂਤ ਹੋ ਗਿਆ ਸੀ, ਪਰ ਉਹਨਾਂ ਨੇ ਗਸਿੰਘਾਂ ਨੇ ਕੁੱਟਮਾਰ ਕਰੀ ਆ। ਅਤੇ ਤੁਹਾਨੂੰ ਦੱਸ ਦਈਏ ਕਿ ਪ੍ਰੋਡਿਊਸਰ ਨੇ ਅੱਜ 10 ਵਜੇ ਆਪਣੇ ਪਿੰਡ ਇਕੱਠ ਰੱਖਿਆ ਹੋਇਆ, ਪੋਸਟ ਪਾਈ ਹੈ ਪ੍ਰੋਡਿਊਸਰ ਨੇ ਕਿ 10 ਵਜੇ ਕਿੰਨੇ ਵੀ ਬੰਦੇ ਆ ਸਕਦੇ ਨੇ, ਉੱਥੇ ਜ਼ਰੂਰ ਆਓ। ਇਸ ਦੇ ਜਵਾਬ ਵਿੱਚ ਵੀ ਅੰਮ੍ਰਿਤਪਾਲ ਸਿੰਘ ਉਹੀ ਨਿਹੰਗ ਨੇ ਜਿਨ੍ਹਾਂ ਨੇ ਕੁੱਟਮਾਰ ਕਰੀ ਹੈ, ਉਹਨਾਂ ਨੇ ਵੀ ਇੱਕ ਆਪਣੇ ਇੰਸਟਾ ਦੇ ਉੱਪਰ ਪੋਸਟ ਪਾਈ ਹੈ। ਉਹਨਾਂ ਨੇ ਕਿਹਾ ਹੈ ਕਿ ਚਾਹੇ ਤੂੰ ਪੂਰਾ ਇੰਡੀਆ ਬੁਲਾ ਲੈ, ਪੂਰਾ ਦੇਸ਼ ਬੁਲਾ ਲੈ, ਅਸੀਂ ਫਿਰ ਵੀ ਤੇਰਾ ਵਿਰੋਧ ਕਰਾਂਗੇ। ਅਗਰ ਤੂੰ ਕੋਈ ਮਾੜੀ ਫਿਲਮ ਬਣਾਵੇਂਗਾ ਤਾਂ ਅਸੀਂ ਵਿਰੋਧ ਕਰਾਂਗੇ, ਦੁਬਾਰਾ ਫਿਰ ਇਹੋ ਜਿਹਾ ਮਾਮਲਾ ਸਾਹਮਣੇ ਆ ਸਕਦਾ। ਯਾਨੀ ਕਿ ਉਹਨਾਂ ਨੇ ਰਿਪਲਾਈ ਕੀਤਾ ਪ੍ਰੋਡਿਊਸਰ ਨੂੰ। ਅਤੇ ਦੂਸਰੇ ਪਾਸੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਜਿਹੜੇ ਵਿਸ਼ੇ ਦੇ ਉੱਪਰ ਪ੍ਰੋਡਿਊਸਰ ਹੋਰੀ ਫਿਲਮਾਂ ਬਣਾਉਂਦੇ ਨੇ, ਯਾਨੀ ਕਿ ਥੋੜ੍ਹੀ ਲੱਚਰਤਾ ਰੱਖਦੇ ਨੇ, ਇਹ ਹੁਣ ਇੱਕ ਚੱਲਣ ਬਣ ਚੁੱਕਿਆ, ਕਿਉਂਕਿ ਯੂਟਿਊਬ ਦੇ ਉੱਪਰ ਅਗਰ ਤੁਸੀਂ ਪੰਜਾਬੀ ਸ਼ਾਰਟ ਫਿਲਮਾਂ ਵਗੈਰਾ ਦੇਖੋਗੇ ਤਾਂ ਥੰਬਨੇਲ ਦੇ ਉੱਪਰ ਇਹੀ ਜੀ ਭਰਮਾਰ ਹੋਈ ਹੈ, ਗਲਤ ਮਲਤ ਥੰਬਨੇਲ ਲਗਾ ਕੇ ਫੋਟੋਆਂ ਲਗਾ ਕੇ ਬਣਾਉਣ ਦੀ ਸ਼ਾਰਟ ਫਿਲਮਾਂ, ਤਾਂ ਕਿ ਵਿਊ ਆਉਣ, ਲੋਕ ਦੇਖਣ ਕਿ ਆਖਰ ਇਹਦੇ ਵਿੱਚ ਕੀ ਹੈ। ਕੋਈ ਵੀ ਰਿਸ਼ਤਾ ਐਸਾ ਨਹੀਂ ਛੱਡਿਆ ਜਿਹੜਾ ਇਹਨਾਂ ਨੇ ਬਦਨਾਮ ਨਾ ਕਰਿਆ ਹੋਵੇ। ਦਿਓਰ ਭਰਜਾਈ ਦਾ ਕਹਿ ਲਓ, ਨੂੰਹ ਸਹੁਰੇ ਦਾ ਕਹਿ ਲਓ, ਸੀਰੀ ਪਾਲੀ ਤੱਕ ਨਹੀਂ ਛੱਡੇ। ਸੀਰੀ ਪਾਲੀਆਂ ਦੀਆਂ ਫੋਟੋਆਂ ਲਾ ਦਿੰਦੇ ਨੇ, ਨਾਲ ਜਨਾਨੀ ਦੀ ਫੋਟੋ ਲਾ ਕੇ ਨਾਲ ਸੀਰੀ ਪਾਲੀ ਦਿਖਾ ਦਿੰਦੇ ਨੇ। ਐਸੇ ਬਹੁਤ ਸਾਰੇ ਯੂਟਿਊਬ ਦੇ ਉੱਪਰ ਚੈਨਲ ਨੇ ਕਿਹੜੇ ਇਸੇ ਚੀਜ਼ ਤੋਂ ਕਮਾਈ ਖਾਂਦੇ ਨੇ। ਹੁਣ ਨਿਹੰਗਾਂ ਨੇ ਸੋਧਾ ਲਾਉਣ ਦੀ ਉਹਨਾਂ ਦੀ ਵੀ ਲਿਸਟ ਜਾਰੀ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅੱਗ ਕਦੋਂ ਕੋਰਟ ਦੂਨੇ ਵਾਲੇ ਕੇਸ ਦੇ ਵਿੱਚ ਜ਼ਮਾਨਤ ਹੋ ਜੂਗੀ, ਉਸ ਤੋਂ ਬਾਅਦ ਇਹਨਾਂ ਸਾਰੇ ਲੋਕਾਂ ਨੂੰ ਵੀ ਸੋਧਾ ਲਾਇਆ ਜਾਵੇਗਾ ਜਿਹੜੇ ਯੂਟਿਊਬ ਵਗੈਰਾ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਗੰਦਗੀ ਫੈਲਾਉਂਦੇ ਨੇ। ਬਾਕਾਇਦਾ ਨਿਹੰਗਾਂ ਨੇ ਨਾਮ ਉਹਨਾਂ ਦੇ ਪਾਏ ਨੇ ਆਪਣੇ ਇੰਸਟਾ ਦੇ ਉੱਪਰ, ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਸੋਧਾ ਲੱਗੂਗਾ। ਤਾਂ ਜਿਹੜੇ ਬੰਦੇ ਯੂਟਿਊਬ ਦੇ ਉੱਪਰ ਸ਼ਾਰਟ ਫਿਲਮਾਂ ਵਗੈਰਾ ਬਣਾਉਂਦੇ ਨੇ ਤਾਂ ਉਹਨਾਂ ਨੂੰ ਸਾਵਧਾਨ ਰਹਿ ਕੇ ਚੱਲਣ ਦੀ ਜ਼ਰੂਰਤ ਹੈ, ਕਿਉਂਕਿ ਹੋ ਸਕਦਾ ਭਾਈ ਅਗਲਾ ਨੰਬਰ ਤੁਹਾਡਾ ਹੋਵੇ। ਥੋੜ੍ਹਾ ਜਿਹਾ ਸੰਭਲ ਕੇ ਦੇਖ ਪਰਖ ਕੇ ਆਪਣੀਆਂ ਸ਼ਾਰਟ ਫਿਲਮਾਂ ਬਣਾਓ। ਬਾਕੀ ਇੱਕ ਚੀਜ਼ ਹੋਰ ਦੇਖਦੇ ਹਾਂ ਕਿ ਜਿਹੜੀਆਂ ਸ਼ਾਰਟ ਫਿਲਮਾਂ, ਠੀਕ ਆ ਮੁੰਡੇ ਨੇ ਸ਼ਾਰਟ ਫਿਲਮਾਂ ਬਣਾਉਂਦੇ ਨੇ, ਕੁੜੀਆਂ ਨੇ ਵੀ ਹੱਦ ਕਰ ਰੱਖੀ ਹੈ, ਬਿਲਕੁਲ ਐਸੇ ਐਸੇ ਥੰਬਨੇਲ, ਐਸੀ ਐਸੀਆਂ ਫੋਟੋਆਂ ਖਿਚਵਾਉਂਦੀਆਂ ਨੇ, ਐਸੇ ਐਸੇ ਸ਼ਾਰਟ ਕਰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਸ਼ਰਮਸ਼ਾਰ ਹੋ ਜਾਂਦਾ ਯਾਰ ਬੰਦਾ। ਪਰ ਕੁੜੀਆਂ ਪਤਾ ਨਹੀਂ ਕਿਉਂ ਇਹ ਕਿਹੜੀ ਗੱਲ ਕਰਕੇ ਇੰਨਾ ਗੰਦਾ ਕੰਮ ਕਰ ਰਹੀਆਂ ਨੇ ਸ਼ਾਰਟ ਫਿਲਮਾਂ ਦੇ ਵਿੱਚ। ਉਹਨਾਂ ਨੇ ਤਾਂ ਕਰਨੀਆਂ, ਕਿਹੜੇ ਬਣਾ ਰਹੇ ਨੇ, ਉਹਨਾਂ ਦਾ ਵਿਊ ਤੁੱਕ ਮਤਵਲਾ ਹੈ, ਵਿਊ ਲੈਣੇ ਨੇ ਆਪਣੇ, ਹੈਨਾ। ਪਰ ਹੁਣ ਇਹਨਾਂ ਦੀ ਖੈਰ ਨਹੀਂ, ਕਿਹਾ ਕਿ ਹੁਣ ਇਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਵੀ ਸੌਦਾ ਲੱਗੇਗਾ। ਬਾਕੀ ਪ੍ਰੋਡਿਊਸਰ ਹੋਰਾਂ ਵਾਲੇ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਕਿਹੜੀ ਅਪਡੇਟ ਨਿਕਲ ਕੇ ਸਾਹਮਣੇ ਆਵੇਗੀ। ਇੱਕ ਪਾਸੇ ਪ੍ਰੋਡਿਊਸਰ ਨੇ ਕੋਰਟ ਦੁਨੇ ਦੇ ਵਿੱਚ ਇਕੱਠ ਰੱਖਿਆ, ਦੂਸਰੇ ਪਾਸੇ ਉਹ ਨਿਹੰਗ ਸਿੰਘ ਜਿਹੜਾ ਨੇ ਕੁੱਟਮਾਰ ਕਰੀ ਹੈ, ਉਹਨਾਂ ਨੇ ਬਰਨਾਲੇ ਦੇ ਵਿੱਚ ਇਕੱਠ ਰੱਖਿਆ। ਦੇਖਦੇ ਹਾਂ ਕਿ ਆਖਰ ਕਿਹੜੇ ਪਾਸੇ ਇਕੱਠ ਜ਼ਿਆਦਾ ਹੁੰਦਾ ਹੈ।